ਸਵੇਰੇ ਟਿਕਟ ਲੈਂਦੇ, ਸਵੇਰੇ ਆਉਂਦੇ ਦਰਸ਼ਨ ਕਰਕੇ, ਅਗਲੇ ਦਿਨ ਇਸ਼ਨਾਨ ਕਰਕੇ ਚਲੇ ਜਾਂਦੇ। ਇਹ ਤਾਂ ਸਾਹਮਣੇ ਇੱਕ ਇਤਿਹਾਸ ਹੈ। ਇਹ ਅਸੀਂ ਕੁਛ ਚੰਦ ਲੋਕਾਂ ਨੇ ਭੰਬੜ ਭੂਸਿਆਂ ਦੇ ਵਿੱਚ ਸਿੱਖ ਕੌਮ ਨੂੰ ਪਾ ਕੇ ਰੱਖਿਆ। ਸਿੱਖ ਕੌਮ ਦਾ ਇਤਿਹਾਸ ਦੁਨੀਆਂ ਦੇ ਵਿੱਚ ਸੈਕੂਲਰ ਹੈ ਔਰ ਮਜ਼ਲੂਮਾਂ ਦੀ ਰੱਖਿਆ ਕਰਦਾ ਉਹ ਹੈਗਾ। ਮੇਰਾ ਇੱਕ ਬਹੁਤ ਵੱਡਾ ਸਵਾਲ ਹੈ, ਉਹ ਅੱਤਵਾਦੀ ਜਥੇਬੰਦੀਆਂ ਨੂੰ ਜਿਹੜੇ ਗੁਰੂ ਮਹਾਰਾਜ ਦੇ ਸਿੱਖ ਸੱਜ ਕੇ ਸੋਹਣੀਆਂ ਦਸਤਾਰਾਂ ਸਜਾ ਕੇ, ਦਾੜੀਆਂ ਸੋਹਣੀਆਂ ਖੁੱਲੀਆਂ ਕਰਕੇ, ਹੈ ਨਾ, ਅੱਜ ਇਮਤਿਹਾਨ ਦਾ ਵਕਤ ਆ ਗਿਆ। ਅੱਜ ਉਹ ਕਿੱਥੇ ਹੈ? ਪੰਜਾਬ ਦੇ ਵਿੱਚ ਬੇਗੁਨਾਹਾਂ ਦਾ ਕਤਲੇਆਮ ਕੀਤਾ। ਪੰਜਾਬ ਹਿੰਦੂ ਸਿੱਖ ਸਾਡਾ ਨੌ ਮਾਸ ਦਾ ਰਿਸ਼ਤਾ ਹੈ। ਬੱਸਾਂ 'ਚੋਂ ਕੱਢ ਕੱਢ ਕੇ ਤੁਸੀਂ ਹਿੰਦੂ ਭਰਾ ਮਾਰ ਦਿੱਤੇ, ਸੈਕੂਲਰ ਸਿੱਖ ਵੀ ਨਹੀਂ ਛੱਡੇ। 36,000 ਬੇਗੁਨਾਹ ਦੇ ਕਤਲ ਕਰਕੇ ਤੁਸੀਂ ਭੱਜ ਗਏ, ਕੋਈ ਜਰਮਨੀ ਭੱਜ ਗਿਆ ਅਤੇ ਕੋਈ ਭੱਜ ਗਿਆ ਪਾਕਿਸਤਾਨ, ਪਰਮਜੀਤ ਸਿੰਘ ਪੰਜ ਵੜ ਵਰ ਕੇ। ਠੀਕ, ਮੇਰਾ ਇੱਕ ਇਹਨਾਂ ਨੂੰ ਅੱਜ ਸਵਾਲ ਹੈ, ਅਗਰ ਇਹਨਾਂ ਦੇ ਬੰਬਾਂ ਦੇ ਨਾਲ ਮੈਂ ਜ਼ਖਮੀ ਨਾ ਹੋਇਆ ਹੁੰਦਾ, ਮੈਂ ਲੜਨ ਦੀ ਪੂਰਾ ਤਿਆਰ ਸੀ, ਮੇਰੀਆਂ ਲੱਤਾਂ ਸਹੀ ਹੁੰਦੀਆਂ, ਮੈਂ ਹੈਂਡੀਕੈਪਟ ਸਾਂ, ਮੈਨੂੰ ਫੜ ਕੇ ਉਠਾਉਂਦੇ, ਫੜ ਕੇ ਬਿਠਾਉਂਦੇ। ਗੁਰੂ ਮਹਾਰਾਜ ਜੀ ਕਸਮ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਖਾ ਕੇ ਕਹਿੰਦਾ ਆਪਣੇ ਸਾਰਿਆਂ ਦੇ ਸਾਹਮਣੇ, ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਰਡਰ ਪਾਰ ਕਰਕੇ ਉਹਨੂੰ ਮਾਰ ਕੇ ਛਾਨਣੀ ਗੋਲੀਆਂ ਨਾਲ ਕਰਕੇ ਅਤੇ ਨਨਕਾਣਾ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੇ ਜੀਵਨ ਨੂੰ ਦੇ ਦਿੰਦਾ, ਵਾਪਸ ਨਾ ਆਉਂਦਾ। ਇਹ ਮੇਰੇ ਵਿਚਾਰ ਹੈ, ਮੰਨੇ ਕੋ ਨਾ ਮੰਨੇ। ਅੱਗੇ ਵੀ ਇਸ ਪਾਪੀ ਸਿੱਖ ਨੂੰ ਲੁੱਚੇ ਸੌਦੇ ਦੇ ਖਿਲਾਫ ਸੇਵਾ ਮਿਲੀ ਸੀ, 13 ਸਾਲ ਪਹਿਲੇ ਲੜੇ, ਜੇਲ੍ਹਾਂ ਤੱਕ ਉਹਨੂੰ ਪਹੁੰਚਾਇਆ। ਇਹ ਸਾਰੇ ਵੋਟ ਦੀ ਖਾਤਰ ਪੋਲੀਟੀਕਲ ਪਾਰਟੀਆਂ ਉਹਦੇ ਡੇਰਿਆਂ ਦੇ ਵਿੱਚ ਵਸਦੇ ਨੇ, ਵੋਟ ਦੇ ਦੇ ਵੋਟ ਦੇ ਦੇ, ਧਰਮ ਨੂੰ ਵੀ ਇਹਨਾਂ ਨੇ ਧੋਖਾ ਦੇ ਦਿੱਤਾ। ਪਰ ਇਹ ਪਾਪੀ ਸਿੱਖ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਬਖਸ਼ੀ, ਅਸੀਂ ਉਹ ਸੇਵਾ ਨੂੰ ਇਕੱਲਿਆਂ ਨਿਭਾਇਆ, ਜਾਂ ਉਹਨਾਂ ਦੇ ਪਰਿਵਾਰ ਦੇ ਲੋਕ ਸੀ, ਜਾਂ ਵਕੀਲ ਸੀ ਉਹਨਾਂ ਦੇ ਕੇਸ ਲੜਨ ਵਾਲੇ ਉਹਨਾਂ ਦੇ ਖਿਲਾਫ। ਅੱਜ ਇੱਕ ਬਹੁਤ ਵੱਡਾ ਮੁੱਦਾ ਹੈ, ਅੱਜ ਮੈਂ ਦੇਖ ਰਿਹਾ ਕੋਈ ਪ੍ਰਦਰਸ਼ਨ ਕਰ ਰਿਹਾ, ਕੋਈ ਪਾਕਿਸਤਾਨ ਦੀ ਅੰਬੈਸੀ ਜਾ ਰਿਹਾ, ਕੋਈ ਕਿੱਥੇ ਪ੍ਰਦਰਸ਼ਨ ਕਰ ਰਿਹਾ। ਮੇਰਾ ਉਹਨਾਂ ਨੂੰ ਇੱਕ ਅੱਜ ਸਵਾਲ ਹੈ, ਗੁਰੂ ਮਹਾਰਾਜ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ ਨਾਂ 'ਤੇ ਆਪਾਂ ਰਾਜਨੀਤੀ ਨਾ ਕਰੀਏ। ਆਪਾਂ ਅਖਬਾਰਾਂ ਦੇ ਵਿੱਚ ਫੋਟੋਆਂ ਖਿਚਾਉਣ ਦੀ ਖਾਤਰ, ਆਪਾਂ TV 'ਚ ਆਪਣੀਆਂ ਫੋਟੋਆਂ ਖਿਚਾਉਣ ਦੀ ਖਾਤਰ, ਅਸੀਂ ਉਹਨਾਂ ਦੇ ਧਰਮ ਦੇ ਨਾਂ ਦੇ ਉੱਤੇ ਪੋਲੀਟਿਸ਼ਨਾਂ, ਅਸੀਂ ਕਰਮ ਕਰੀਏ, ਅਸੀਂ ਕਰ ਕੀ ਸਕਦੇ ਹਾਂ? ਪ੍ਰਦਰਸ਼ਨਾਂ ਨਾਲ ਕੁਛ ਨਹੀਂ ਹੋਣਾ। ਮੈਂ ਵੀ ਬੜੇ ਜ਼ਿੰਦਗੀ 'ਚ ਪ੍ਰਦਰਸ਼ਨ ਕੀਤੇ, ਆਪ ਹੀ ਕਹਿੰਦੇ ਸੀ ਵੀ ਉੱਥੋਂ ਛੱਡ ਦਿਓ, ਪਾਣੀ ਨੂੰ ਛੱਡ ਦਿਓ, ਫੋਟੋਆਂ ਅਸੀਂ ਕੋਈ ਕਮਾਏ ਕਾਰਗਿਲ ਦਾ ਜਿੱਤਣ ਗਏ ਸੀ, ਅਸੀਂ ਬੜੇ ਅਸੀਂ ਕੀਤੇ ਕਰਮ, ਸਾਨੂੰ ਉਹਦੇ 'ਚ ਕਹਿਣ 'ਚ ਕੋਈ ਗੁਰੇਜ਼ ਨਹੀਂ। ਪਰ ਗੁਰੂ ਮਹਾਰਾਜ ਦੇ ਨਾਂ 'ਤੇ ਐਡਾ ਵੱਡਾ ਪਾਪ, ਐਡਾ ਵੱਡਾ ਗੁਨਾਹ ਕੀਤਾ ਹੋਵੇ ਉਸ ਕਾਫਰ ਨੇ, ਉਸ ਜਲਾਦ ਨੇ, ਔਰ ਜਿਹੜੇ ਪਾਕਿਸਤਾਨ 'ਚ ਬੈਠੇ ਟੈਰਰਿਸਟ ਪਰਮਜੀਤ ਸਿੰਘ ਪੰਜਵੜ ਹੋਇਆ, ਵਧਾਵਾ ਸਿੰਘ ਬੱਬਰ ਹੋਏ, ਜਰਮਨੀ 'ਚ ਬੈਠੇ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਹੋਏ, ਉਹ ਕਿੱਥੇ ਹੋ ਤੁਸੀਂ ਅੱਜ? ਨਹੀਂ ਇੱਕ ਮਿੰਟ, ਤੁਸੀਂ ਅੱਜ ਕਿੱਥੇ ਹੋ? ਤੁਸੀਂ ਪਾਕਿਸਤਾਨ 'ਚ ਬੈਠੇ ਹੋ ਨਾ? ਉਹ ਜਿਹੜਾ ਪੰਨੂ ਕਹਿੰਦਾ ਨਿਊ 2020 ਬਣਾਵਾਂਗਾ ਤੇਰੀ ਐਸੀ ਦੀ ਤੈਸੀ, ਪੰਨੂ ਤੂੰ ਹੈ ਕਿੱਥੇ ਹੁਣ? ਤੇਰਾ ਦਫ਼ਤਰ ਪਾਕਿਸਤਾਨ, ਸਾਡੇ ਗੁਰੂ, ਤੇਰੇ ਗੁਰੂ ਦਾ ਅਪਮਾਨ ਹੋਇਆ, ਗੁਰੂ ਨਾਨਕ ਦੇਵ ਜੀ ਦਾ ਅਪਮਾਨ ਹੋਇਆ, ਕਿੱਥੇ ਹੈ ਤੂੰ? ਇਹ ਮੇਰਾ ਸਵਾਲ ਹੈ, ਤੁਸੀਂ ਸਵਾਲ ਜਿੰਨੇ ਮਰਜ਼ੀ ਪੁੱਛਣਾ, ਪਹਿਲਾਂ ਤਾਂ ਸਵਾਲ ਹੈ ਮੇਰਾ ਇਹਨਾਂ ਨੂੰ। ਔਰ ਜਿਹੜੇ ਪੰਜਾਬ ਦੇ ਅੰਦਰ ਖਾਲਿਸਤਾਨ ਦੀਆਂ ਗੱਲਾਂ ਅੰਦਰ ਵੜ ਕੇ ਕਰਦੇ, 10 ਬੰਦੇ ਬੈਠ ਕੇ, ਖਾਲਿਸਤਾਨ ਕਿੱਥੇ ਹੋ? ਕਿੱਥੇ ਤੁਹਾਡੇ ਬਿਆਨਾਂ ਨਾਲ ਨਹੀਂ ਕੀ ਕਰੋਗੇ? ਮੈਂ ਤਾਂ ਕਹਿੰਦਾ, ਮੈਂ ਅਗਰ ਕਾਇਮ ਹੁੰਦਾ ਮੈਂ ਜਾਂਦਾ ਮਾਰ ਕੇ ਉਹਦੇ ਟੁਕੜੇ ਕਰਦਾ, ਕੁੱਤੇ ਇਨਸਾਨ ਦੇ, ਕਾਫਰ ਦੇ। ਉਹ ਤੁਸੀਂ ਕੋਲ ਬੈਠੇ ਹੋ, ਤੁਸੀਂ ਵਿਦੇਸ਼ਾਂ 'ਚੋਂ ਜਾ ਸਕਦੇ ਹੋ, ਮਾਰ ਕੇ ਉੱਥੇ ਹੀ ਸ਼ਹਾਦਤ ਦਾ ਜਾਮ ਪੀ ਜਾਓ, ਅਸੀਂ ਤੁਹਾਨੂੰ ਪੂਜਾਂਗੇ, ਦੁਨੀਆਂ 'ਚ ਦੁਨੀਆਂ ਪੂਜੂ, ਤੁਹਾਨੂੰ ਕਰਕੇ ਦੱਸੋ। ਤੁਸੀਂ ਬੇਗੁਨਾਹਾਰਾ ਕਤਲ ਕਰਕੇ ਪੰਜਾਬ ਦੇ ਅੰਦਰ ਆਪਣੇ ਆਪ ਨੂੰ ਸ਼ੇਰ ਘੁਆਉਂਦੇ ਹੋ, ਧੋਖਾ ਦੇ ਕੇ ਪਿੱਠ 'ਤੇ ਵਾਰ ਕਰਕੇ ਸ਼ੇਰ ਘੁਆਉਂਦੇ ਹੋ, ਸ਼ੇਰ ਤਾਂ ਹੁਣ ਬਣੋ ਨਾ, ਤੁਹਾਡੇ ਸਾਹਮਣੇ ਪੰਜਾਬ ਨਹੀਂ ਉੱਥੇ ਪਾਕਿਸਤਾਨ 'ਚ ਦਿੱਤੇ ਨੇ, ਉੱਥੇ ਸ਼ੇਰ ਬਣੋ ਨਾ, ਮਾਰ ਕੇ ਦੱਸੋ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ, ਅਸੀਂ ਉਹਨਾਂ ਦੇ ਬੱਚੇ ਹਾਂ, ਕਹਿ ਕੇ ਦੱਸੋ ਨਾ, ਅੱਜ ਤੁਹਾਡੇ ਇਮਤਿਹਾਨ ਦਾ ਵਕਤ ਆ, ਕਰਕੇ ਦੱਸੋ। ਮੇਰੀ ਤਾਂ ਮਜਬੂਰੀ ਆ, ਤੁਹਾਡੀ ਮਜਬੂਰੀ ਕੀ ਆ ਦੱਸੋ? ਇਹ ਮੇਰਾ ਸਵਾਲ ਹੈ, ਹੁਣ ਗੱਲ ਕਰੋ। ਪੱਤਰਕਾਰ ਨੂੰ ਵੀ ਮਾਰ ਦਿੱਤਾ ਗਿਆ, ਹਾਂਜੀ, ਪੱਤਰਕਾਰ ਦੇ ਬ੍ਰਦਰ ਨੂੰ ਵੀ। ਨਹੀਂ, ਇਹ ਦੇਖੋ ਇੱਕ ਸ਼ੁਰੂਆਤ ਹੋ ਚੁੱਕੀ ਹੈ, ਹੁਣ ਉੱਥੇ ਇੱਕ ਚਾਵਲਾ ਹੈ, ਉਹ ਚਾਵਲਾ ਜਿਹੜਾ ਸਿੱਖ ਕੌਮ ਦਾ ਗਦਾਰ ਹੈ, ਸਿਰਫ ਉਹਨੇ ਪੱਗ ਪਾਈ ਹੈ, ਗੁਰੂ ਮਹਾਰਾਜ ਜੀ ਸੋਹਣੀ ਸਰ ਦਸਤਾਰ ਸਜਾਈ ਹੈ, ਅਤੇ ਦਾੜੀ ਵੀ ਸੋਹਣੀ ਖੁੱਲੀ ਲੱਚਰ ਆਦਮੀ ਦਾ ਕੀ ਨਾਂ ਲਵਾਂ, ਨਾ ਹੀ ਲੈਣਾ ਪਾਪ ਹੈ, ਦਾੜੀ ਰੱਖੀ ਉੱਥੇ ਖਾ ਹੀ ਨਹੀਂ। ਪਹਿਲੀ ਗੱਲ ਤਾਂ ਮੈਂ ਕਹਾਂ, ਉਹ ਤਾਂ ISI ਦਾ ਏਜੰਟ ਹੈ, ਥੋੜੇ ਸਮੇਂ ਪਹਿਲਾਂ AK-47 ਲੈ ਕੇ ਉਹਨੇ ਹਿੰਦੁਸਤਾਨ ਨੂੰ ਗਾਲਾਂ ਕੱਢਦਾ ਸੀ,
ਠੀਕ ਹੈ ਨਾ ਬਿਲਕੁਲ ਉਹ ਹੈ ਆਈ ਐਸ ਆਈ ਦਾ ਏਜੰਟ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਂ ਲੁੱਚੇ ਸੌਦੇ ਦੇ ਖਿਲਾਫ਼ ਪਾਪੀ ਸਿੱਖ ਨੇ ਇੱਕ ਅੰਦੋਲਨ ਸ਼ੁਰੂ ਕੀਤਾ ਸੀ ਕਿ ਅੱਜ ਤੱਕ ਮੇਰੇ ਪੈਰ ਲੜਖੜਾਏ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਨਹੀਂ ਕਿੰਨਾ ਵਰਸ਼ ਹੋ ਗਏ ਕੱਲ ਸਾਡੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ ਅਪਮਾਨ ਹੋਇਆ ਗੁਰਦੁਆਰਾ ਸਾਹਿਬ ਦੇ ਨਾਂ ਬਦਲਣ ਦੀ ਗੱਲ ਹੋ ਗਈ ਓਏ ਉਹਨਾਂ ਬਦਮਾਸ਼ਾਂ ਦੀ ਲੁੱਟਿਆਂ ਦੀ ਹਿੰਮਤ ਕਿਤਨਾ ਹੋਏ ਕਹਿ ਦੇਣ ਅੱਜ ਹਿੰਦੁਸਤਾਨ ਚ ਹੁੰਦਾ ਉਹਨਾਂ ਚੋਂ ਕੋਈ ਬੰਦਾ ਹਿੰਦੁਸਤਾਨ ਦਾ ਹਿੰਦੂ ਮੁਸਲਮਾਨ ਸਿੱਖ ਈਸਾਈ ਲੰਮੇ ਪਾ ਕੇ ਨਾ ਇੱਕ ਇੱਕ ਉਂਗਲ ਕੱਟਦੇ ਤੇ ਫਿਰ ਪਾਉਂਦੇ ਨਮਕ ਤੇ ਕੁੱਤਿਆਂ ਦੇ ਅੱਗੇ ਸੁੱਟਦੇ ਉਹ ਗੁੰਡੇ ਲੁੱਚੇ ਬਦਮਾਸ਼ ਦੇ ਓਏ ਉੱਥੇ ਐਡਾ ਸਾਡਾ ਗੁਰੂ ਮਹਾਰਾਜ ਦਾ ਅਪਮਾਨ ਕਰਤਾ ਤੇ ਅਗਲੇ ਦਿਨ ਤੂੰ ਫੋਟੋ ਖਿਚਾਉਣ ਦੀ ਖਾਤਰ ਪਬਲਿਸਿਟੀ ਦੇ ਭੁੱਖਿਆ ਲੁੱਚਿਆ ਬਦਮਾਸ਼ਾ ਗੁੰਡਿਆ ਤੂੰ ਉੱਥੇ ਜਾ ਕੇ ਤੇ ਚੱਲ ਗਿਆ ਚਾਰ ਜ਼ਿੰਮੇਦਾਰ ਹੋਰ ਬੰਦੇ ਲੈ ਕੇ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਫੁੱਲ ਚੜਾਉਣ ਆ ਗਿਆ ਉੱਥੇ ਤੇਰੇ ਹੱਥਾਂ ਦੇ ਫੁੱਲ ਗੁਰੂ ਮਹਾਰਾਜ ਨੂੰ ਮਨਜ਼ੂਰ ਨਹੀਂ ਤੂੰ ਪਾਪੀ ਆ ਤੂੰ ਗੁਨਾਹਗਾਰ ਹੈ ਤੂੰ ਫੋਟੋ ਦੀ ਖਾਤਰ ਸਾਡੇ ਗੁਰੂਆਂ ਦੇ ਅਪਮਾਨ ਕਰਦਾ ਕੱਲ ਅਪਮਾਨ ਹੋਇਆ ਤੇ ਅੱਜ ਤੂੰ ਫੁੱਲ ਲੈ ਕੇ ਚਲਾ ਗਿਆ ਸਿਰਫ ਫੋਟੋ ਦੀ ਖਾਤਰ ਐਕਚੁਅਲੀ ਅਸੀਂ ਪੋਲੀਟੀਸ਼ੀਅਨ ਪਬਲਿਸਿਟੀ ਦੇ ਭੁੱਖੇ ਹੁੰਦੇ ਹਾਂ ਕਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਮੈਨੂੰ ਦੱਸੋ ਮੈਂ ਇੱਕ ਗੱਲ ਬਿਲਕੁਲ ਸਪਸ਼ਟ ਕਹਾਂ ਜਿੰਨੀਆਂ ਵੀ ਸੰਸਥਾਵਾਂ ਨੇ ਜਿਹੜੇ ਕਹਿੰਦੇ ਜੀ ਅਸੀਂ ਤਾਂ ਅੱਤਵਾਦੀ ਅਸੀਂ ਫਲਾਣਾ ਜੀ ਅਸੀਂ ਤਾਂ ਪੰਜਾਬ 'ਚ ਖਾਲਿਸਤਾਨ ਬਣਾਵਾਂਗੇ ਆਹ ਤੁਹਾਡਾ ਇਮਤਿਹਾਨ ਦਾ ਵਕਤ ਆਇਆ ਲੈ ਮਾਰ ਕੇ ਆਓ ਇੱਥੇ ਕਿਹੜਾ ਖਾਲਿਸਤਾਨ ਪੰਜਾਬ 'ਚ ਇਹਨਾਂ ਨੇ ਬਣਾਉਣਾ ਪੰਜਾਬ ਦੀ ਗੁਰੂ ਮਹਾਰਾਜ ਦੀ ਸਿੱਖੀ ਨੂੰ ਤਾਂ ਤੁਸੀਂ ਪ੍ਰਫੁੱਲਿਤ ਕਰ ਨਹੀਂ ਪਾਏ ਪੰਜਾਬ ਦੀ ਪੰਜਾਬੀਅਤ ਨੂੰ ਤੁਸੀਂ ਫੇਸਬੁੱਕਾਂ 'ਤੇ ਗਾਣਾ ਕੱਢ ਕੱਢ ਕੇ ਪੱਗਾਂ ਦੇ ਉੱਤੇ ਗਾਣਾ ਕੱਢ ਕੱਢ ਕੇ ਤੁਸੀਂ ਬਦਨਾਮ ਕਰ ਦਿੱਤਾ ਆਹ ਵਕਤ ਆਇਆ ਨਾ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਪਮਾਨ ਹੋਇਆ ਮੇਰਾ ਚੈਲੰਜ ਆ ਆਓ ਕਰੋ ਹੈ ਤੁਹਾਡੇ 'ਚ ਮਤ ਕਿਸੇ 'ਚ ਹੈ ਪਰਮਜੀਤ ਸਿੰਘ ਪੰਜਵੜ 'ਚ ਮਤ ਮੈਂ ਕਦੀ ਨਾਂ ਨਹੀਂ ਲਿਆ ਅੱਜ ਪਹਿਲੀ ਵਾਰੀ ਲਿਆ ਹੈ ਪਰਮਜੀਤ ਸਿੰਘ ਪੰਜਵੜ ਤੂੰ ਇੱਥੋਂ ਭੱਜ ਕੇ ਗਿਆ ਆਈ ਐਸ ਆਈ ਦੇ ਡੰਡਾ ਹੈ ਤੇਰੀ ਹਿੰਮਤ ਕਿ ਤੂੰ ਮਾਰੇਗਾ ਉੱਥੇ ਮਾਰ ਕੇ ਸ਼ਹਾਦਤ ਦਾ ਜਾਮ ਪੀਏਗਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਆਪਣਾ ਨਨਕਾਣਾ ਸਾਹਿਬ ਦੇ ਵਿੱਚ ਪੱਥਰਬਾਜ਼ੀ ਹੋਈ ਉਹਦੇ 'ਤੇ ਜ਼ਿਆਦਾਤਰ ਜਿਹੜਾ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਇਮਰਾਨ 'ਚ ਆਪਣੇ ਚਿਸ਼ਤੀ ਜਿਹੜੇ ਨੇ ਉੱਥੇ ਕੀ ਤੁਹਾਨੂੰ ਲੱਗਦਾ ਵੀ ਐਡਾ ਵੱਡਾ ਮਸਲਾ ਇੱਕ ਵਿਅਕਤੀ ਦੇ ਜਾਂ ਵਿਆਹ ਕਰਾਉਣ ਦੇ ਨਾਲ ਉਹ ਲੜਕੀ ਦੇ ਐਡਾ ਵੱਡਾ ਮਸਲਾ ਪੈਦਾ ਹੋ ਗਿਆ ਦੇਖੋ ਜੀ ਕੁਛ ਵੀ ਹੈ ਕਿਸੇ ਨੇ ਕਦੀ ਧਿਆਨ ਦਿੱਤਾ ਨਹੀਂ ਇਹ ਜਿਹੜੇ ਬੜੇ ਬੜੇ ਹੈਗੇ ਨਾ ਇਤਿਹਾਸਕਾਰ ਇਹ ਜਦੋਂ 370 ਧਾਰਾ ਆਉਂਦੀ ਆ ਪੰਜਾਬ ਤੋਂ ਵੀ ਬੜੇ ਬੜੇ ਬੁੱਧੀਜੀਵੀ ਬਿਆਨ ਦਿੰਦੇ ਵੀ ਮਾੜਾ ਕੰਮ ਹੋਇਆ ਬੜੇ ਬੜੇ ਲੀਡਰਾਂ ਨੂੰ ਮੈਂ ਦੇਖਦਾ ਧਾਰਮਿਕ ਲੀਡਰਾਂ ਨੂੰ ਸਿੱਖ ਕੌਮ ਦੇ ਧਾਰਮਿਕ ਲੀਡਰਾਂ ਨੂੰ ਪਾਕਿਸਤਾਨ ਦੀ ਤਾਂ ਬਾਅਦ ਦੀ ਗੱਲ ਪਹਿਲਾਂ ਕਸ਼ਮੀਰ 'ਚ ਜਾ ਕੇ ਦੇਖ ਲੈਂਦੇ ਸਾਡੇ ਸਿੱਖ ਸਮਾਜ ਦੀ ਸਾਡੀ ਕੁੜੀਆਂ ਦੇ ਨਾਲ ਵਿਚਾਰਿਆਂ ਨੇ ਵਿਚਾਰੀਆਂ ਨਾਲ ਕੀ ਕੀਤਾ ਅਸੀਂ ਰੌਲਾ ਨਹੀਂ ਪਾਉਂਦੇ ਅਸੀਂ ਪੱਗ ਨਹੀਂ ਉਛਾਲਦੇ ਇੱਥੇ ਤਾਂ ਕੁਛ ਕਰ ਨਹੀਂ ਸਕੇ ਹਮਾਇਤ ਕਰਦੇ ਰਹੇ 370 ਧਾਰਾ ਦੀ ਅਤੇ ਉੱਥੋਂ ਦੀ ਗੱਲ ਸਿੱਧੀ ਜੀ ਹੈ ਏਡਾ ਵੱਡਾ ਕਾਰਡ ਹੋਵੇ ਕਿਉਂ ਨਵਜੋਤ ਸਿੰਘ ਸਿੱਧੂ ਦੇ ਜਾਣ ਤੋਂ ਪਹਿਲਾਂ ਇਹ ਘਟਨਾ ਹੋਈ ਨਵਜੋਤ ਸਿੰਘ ਸਿੱਧੂ ਨੇ ਸਵਾਲ ਉਠਾਇਆ ਕਿਉਂ ਨਹੀਂ ਇਮਰਾਨ ਖਾਨ ਨਾਲ ਗੱਲ ਕੀਤੀ ਕਿਉਂ ਨਹੀਂ ਹੁਣ ਨਵਜੋਤ ਸਿੰਘ ਸਿੱਧੂ ਕਿਹੜੇ ਬੰਦ ਕਮਰਿਆਂ 'ਚ ਏਅਰ ਕੰਡੀਸ਼ਨਾਂ 'ਚ ਬੈਠਾ ਜੇ ਇੰਨਾ ਹੀ ਤੇਰਾ ਜਜ਼ਬਾ ਸੀ ਇਮਰਾਨ ਨੂੰ ਕਹਿੰਦਾ ਸੀ ਤੂੰ ਸਿੱਖ ਕੌਮ ਦਾ ਸਰਦਾਰ ਹੈ ਕਿੱਥੇ ਸਰਦਾਰ ਬਣ ਗਿਆ ਸਿੱਖ ਕੌਮ ਦਾ ਜਾਂਦਾ ਪਾਸਪੋਰਟ ਲੈ ਕੇ ਪਰਮਿਸ਼ਨ ਲੈ ਕੇ ਅਤੇ ਇਮਰਾਨ ਖਾਨ ਦੇ ਬਹਿੰਦਾ ਦਫ਼ਤਰ ਦੇ ਅੰਦਰ ਘਰ ਦੇ ਅੰਦਰ ਤੂੰ ਮੇਰਾ ਯਾਰ ਹੈ ਆਹ ਮੇਰੇ ਗੁਰੂ ਦਾ ਅਪਮਾਨ ਹੋਇਆ ਸੱਚੇ ਪਾਤਸ਼ਾਹ ਦਾ ਮੈਂ ਨਹੀਂ ਉੱਠਣਾ ਇਹਨੂੰ ਇਹੋ ਜਿਹੀ ਸਜ਼ਾ ਦੇ ਜਿੰਨੀ ਦੇਰ ਤੱਕ ਜੇਲ੍ਹ ਦੇ ਵਿੱਚ ਸੜਦਾ ਰਹੇ ਮਰਦਾ ਰਹੇ ਤੜਫਦਾ ਰਹੇ ਫਿਰ ਵਾਪਸ ਆ ਫਿਰ ਤੈਨੂੰ ਪਰ ਦੇਖਦਾ ਤੂੰ ਯੋਧਾ ਤੂੰ ਵੋਟਾਂ ਨੇ ਪੰਜਾਬੀ ਸਿੱਖ ਸਮਾਜ ਦੀਆਂ ਵੋਟਾਂ ਦੇ ਚੱਕਰ 'ਚ ਅਗਲੀ ਪੋਲੀਟਿਕਸ ਕਰਦਿਆਂ ਤੂੰ ਇਹ ਪੰਜਾਬ ਪੋਲੀਟਿਕਸ ਕਰਦਾ ਪਹਿਲਾਂ ਵੀ ਪੰਜਾਬ ਦੇ ਕਈ ਲੋਕਾਂ ਨੇ ਮਹਾਰਾਜ ਆਨੰਦਪੁਰ ਸਾਹਿਬ 'ਚ ਖਾਲਿਸਤਾਨ ਦੇ ਨਾਅਰੇ ਦਿੱਤੇ ਸੀ 4-5 ਕੁਛ ਸੱਤਾ 'ਚ ਬੈਠੇ ਨੇ ਇੱਥੇ ਅਤੇ ਕੁਛ ਹੋਰ ਦਿੱਤੇ ਸੀ ਨਾਅਰੇ ਅਤੇ ਕੀ ਹੋਇਆ ਪੰਜਾਬ 36,000 ਬੇਗੁਨਾਹ ਦਾ ਕਤਲੇਆਮ ਅਸੀਂ ਪੋਲੀਟੀਸ਼ੀਅਨਾਂ ਨੇ ਕਰਾਤਾ ਪੰਜਾਬ ਦੀ ਗੁਰੂ ਮਹਾਰਾਜ ਦੀ ਪਵਿੱਤਰ ਸਿੱਖੀ ਨੂੰ ਅਸੀਂ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਭੈਣਾਂ ਦੇ ਸੁਹਾਗ ਗੁੱਜੜ ਗਏ ਬੱਚੇ ਯਤੀਮ ਹੋ ਗਏ ਕਿਹੜਾ ਅੱਤਵਾਦੀ ਸੀ ਪੰਜਾਬ 'ਚ ਕੋਈ ਅੱਤਵਾਦੀ ਨਹੀਂ ਸੀ ਇਹ ਅੱਤਵਾਦੀ ਸਾਡੇ ਰਾਜਨੀਤਿਕ ਲੋਕਾਂ ਦੀ ਦੇਣ ਹੈ ਮੁੰਡਿਆਂ ਨੂੰ ਭਾਵਕ ਕਰਕੇ ਫੜਾਤੀਆਂ ਸੀ ਬੰਦੂਕਾਂ ਫੜਾ ਕੇ ਅਸੀਂ ਹਿੰਦੂ ਭਰਾ ਮਰਵਾਤੇ ਅਤੇ ਦਿੱਲੀ ਦੇ ਵਿੱਚ ਹਿੰਦੂ ਭਰਾਵਾਂ ਦੇ ਹੱਥ 'ਚ ਅਸੀਂ ਫੜਾ ਕੇ ਟਾਇਰ ਮਰਵਾਤੇ ਅਸੀਂ ਸਿੱਖ ਇਹ ਅਸੀਂ ਰਾਜਨੀਤਿਕ ਲੋਕਾਂ ਨੇ ਕਰਤੂਤਾਂ ਕੀਤੀਆਂ ਕਿੰਨੀ ਦੇਰ ਤੱਕ ਇਹਨਾਂ ਚੀਜ਼ਾਂ ਨਾਲ ਲੜਦੇ ਰਹਾਂਗੇ ਕਿੰਨੀ ਦੇਰ ਤੱਕ ਅਸੀਂ ਗੁਰੂ ਮਹਾਰਾਜ ਦੀ ਪਵਿੱਤਰ ਸਿੱਖੀ ਨਾਲ ਖੇਡਦੇ ਰਹਾਂਗੇ ਨਿਚੋੜ 'ਤੇ ਕਿਉਂ ਨਹੀਂ ਕੋਈ ਆਉਂਦਾ ਕਿ ਪੰਜਾਬ 'ਚ ਅੱਤਵਾਦ ਆਇਆ ਕਿਉਂ ਕੌਣ ਸੀ ਜ਼ਿੰਮੇਦਾਰ ਪੋਲੀਟੀਸ਼ੀਅਨ ਪੰਜਾਬ ਦੇ ਜ਼ਿੰਮੇਦਾਰ ਸੀ ਪੰਜਾਬ ਦੇ ਪੋਲੀਟੀਸ਼ੀਅਨ ਅੱਤਵਾਦ ਨੂੰ ਲੈ ਕੇ ਆਏ ਅਸੀਂ ਵੀ ਪੋਲੀਟੀਸ਼ੀਅਨ ਅਸੀਂ ਜ਼ਿੰਮੇਦਾਰ ਹਾਂ ਅੱਜ ਕੱਲ੍ਹ ਦੇ ਪਰ ਅਸੀਂ ਬੱਚੇ ਸੀ ਪੋਲੀਟੀਸ਼ੀਅਨ ਖੁੱਲ੍ਹ ਕੇ ਆਉਣ ਸਾਹਮਣੇ ਆਉਣ ਪੰਜਾਬ ਸਾਡਾ ਤਬਾਹੀ ਦੇ ਰਸਤੇ 'ਚ ਜਾ ਰਿਹਾ ਸਾਡੀ ਡਰੱਗ ਦੇ ਵਾਲੇ ਪਾਸੇ ਜਾ ਰਿਹਾ ਅਸੀਂ ਪੋਲੀਟੀਸ਼ੀਅਨ ਧਰਮ ਦੇ ਠੇਕੇਦਾਰ ਅਸੀਂ ਆਪਣੇ ਆਪ ਨੂੰ ਬਚਾਈਏ ਅਸੀਂ ਪੰਜਾਬ ਨੂੰ ਬਚਾਈਏ ਅਸੀਂ ਦੁਕਾਨਦਾਰੀਆਂ ਨਾਲ ਚਲਾਈਏ ਤੁਸੀਂ ਸਾਰਾ ਕੁਝ ਬੋਲਦੇ ਨੇ ਇੱਕ ਸਾਰਾ ਕੁਝ ਬੋਲ ਪੰਜਾਬ 'ਚ ਅਮਨ ਸ਼ਾਂਤੀ ਦਿੱਤਾ ਸਰੀਰ ਦੇ ਬੰਬ ਖਾਧੇ ਸਰੀਰ ਗਵਾਇਆ ਮੈਂ ਪੂਰੇ ਦੇਸ਼ 'ਚ ਕੰਮ ਕਰਦਾ ਪੰਜਾਬ ਦੀ ਪੋਲੀਟਿਕਸ 'ਚ ਮੈਂ ਨਹੀਂ ਆਉਂਦਾ
ਮੈਂ ਨਹੀਂ ਆਉਂਦਾ, ਮੈਂ ਜਿੰਨਾ ਕੁ ਬੋਲ ਸਕਦਾ, ਜੇ ਕੋਈ ਬੋਲ ਸਕਦਾ ਮੇਰੇ ਵਾਂਗੂ ਤੇ ਮੇਰੇ ਸਾਹਮਣੇ ਬਹਿਸ ਕਰਾ ਦੇ ਮੇਰੇ ਵੀਰ, ਤੇ ਮੇਰਾ ਬੋਲਣਾ ਜਿਹੜਾ ਤੁਹਾਡੇ ਕਰੋੜਾਂ ਲੋਕਾਂ 'ਚ ਤੁਸੀਂ ਪਹੁੰਚਾਓਗੇ, ਤੇ ਮੇਰਾ ਬੋਲਣਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹੀ ਬਥੇਰਾ। ਮੈਂ ਪੰਜਾਬ 'ਚ ਗੰਦੀ ਪੋਲੀਟਿਕਸ ਨਹੀਂ ਕਰਦਾ, ਮੈਂ ਪੰਜਾਬ ਦੇ ਲੋਕਾਂ ਨਾਲ ਪਹਿਲਾਂ ਧੋਖਾ ਕੀਤਾ, ਨਾ ਤੁਹਾਡੇ ਨਾਲ, ਨਾ ਮੈਂ ਕਰਨਾ। ਤੁਸੀਂ ਕਹਿੰਦੇ ਨਾ ਪਾਕਿਸਤਾਨ 'ਚ ਪਹਿਲ ਕਰਨੀ ਚਾਹੀਦੀ ਹੈ, ਤੁਸੀਂ ਕਹਿੰਦੇ ਪਾਕਿਸਤਾਨ 'ਚ ਇੰਨਾ ਕੁਛ ਹੋ ਗਿਆ, ਪਹਿਲ ਕਰਨੀ ਚਾਹੀਦੀ, ਜਵਾਬ ਦੇਣਾ ਚਾਹੀਦਾ, ਤੁਸੀਂ ਕੀ ਕਰ ਸਕਦੇ ਹੋ? ਕੀ ਜਵਾਬ ਦੇਣਾ ਚਾਹੀਦਾ? ਮੈਂ ਤੁਹਾਨੂੰ ਸਵਾਲ ਪੁੱਛਣਾ, ਕੀ ਜਵਾਬ ਤੁਸੀਂ ਮੈਨੂੰ ਜਵਾਬ ਤੁਸੀਂ ਦੱਸੋ? ਤੁਸੀਂ ਮੈਂ ਤਾਂ ਦੱਸਿਆ, ਮੈਂ ਹੈਂਡੀਕੈਪਟ ਹਾਂ, ਜੇ ਮੇਰੇ ਮੈਂ ਤਾਂ ਦੱਸਣ ਡਿਆ, ਜੇ ਮੈਂ ਸਹੀ ਹੁੰਦਾ ਮੈਂ ਜਾ ਕੇ ਸਾਰੇ ਨੂੰ ਮਾਰ ਕੇ ਆਉਂਦਾ, ਇਹ ਲਫ਼ਜ਼ ਕਦੀ ਨਹੀਂ ਕੱਢੇ। ਮੈਂ ਬਾਰਡਰ ਪਾਰ ਕਰਕੇ ਜਾਂਦਾ, ਮਾਰ ਕੇ ਗੋਲੀਆਂ ਨਾਲ ਭੁਣ ਕੇ ਸਿਰ ਕਲਮ ਕਰਕੇ ਫਿਰ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ ਨਨਕਾਣਾ ਸਾਹਿਬ 'ਤੇ ਆਪਣੇ ਜੀਵਨ ਨੂੰ ਉੱਥੇ ਹੀ ਦਿੰਦਾ, ਵਾਪਸ ਨਾ ਆਉਂਦਾ। ਕਸਮ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਹੜਾ ਕਹਿੰਦਾ ਉਹ ਮੈਂ ਕਰਕੇ ਦਿਖਾਉਣਾ, ਕਿ ਮੈਂ ਹੈਂਡੀਕੈਪਟ ਬਣਾ। ਅਤੇ ਮੈਂ ਇਹਨਾਂ ਦੀ ਗੱਲ ਕਰਦਾ ਜਿਹੜੇ ਬੜੇ ਬੜੇ ਬੱਬਰ ਸ਼ੇਰ ਬਣਦੇ ਫਿਰਦੇ ਨੇ, ਜਿਹੜੇ ਪਾਕਿਸਤਾਨ ਇੱਥੇ ਜਰਮਨੀ 'ਤੇ ਬੈਠੇ ਨੇ, ਜਾ ਕੇ ਮਾਰ ਕੇ ਆਉਣਾ ਉਹਨੂੰ, ਇੱਥੇ ਜੋ ਮਾਰ ਦਿੱਤੇ ਜੇ ਤੁਸੀਂ 36,000 ਸਾਡੇ ਹਿੰਦੂ ਭਰਾ ਅਤੇ ਸਿੱਖ ਅਤੇ ਸਾਰਿਆਂ ਨੂੰ ਤੁਸੀਂ ਪੰਜਾਬ 'ਚ ਤਾਂ ਮਾਰਤਾ, ਜੇ ਮਾਰਨਾ ਤਾਂ ਸਾਰੇ ਨੂੰ ਉਹਨੂੰ ਲੁੱਚੇ ਗੁੰਡੇ ਕਾਫਰ ਨੂੰ ਮਾਰ ਕੇ ਆਉਣਾ। ਅੱਜ ਤਾਂ ਤੁਹਾਡੇ ਇਮਤਿਹਾਨ ਦਾ ਵਰਕ ਹੈ, ਤੁਸੀਂ ਕਿੰਨੇ ਕੁ ਸ਼ੇਰ ਦੇ ਬੱਚੇ ਹੋ ਪਤਾ ਤਾਂ ਲੱਗੇ। ਇੱਥੇ ਵੀ ਸ਼ਾਂਤ ਬੈਠੀ, ਦੇਖੋ ਮੇਰੀ ਗੱਲ, ਹਿੰਦੁਸਤਾਨ ਦੀ ਸਰਕਾਰ, ਤੁਸੀਂ ਦੇਖਿਆ ਨਰਿੰਦਰ ਮੋਦੀ ਜੀ ਨੇ ਜਿਹੜਾ ਵੀ ਐਕਸ਼ਨ ਲਿਆ, ਹਰ ਟਾਈਮ ਨਾਲ, ਹਰ ਵਕਤ ਨਾਲ ਲਿਆ। ਕੀ ਤੁਸੀਂ ਇਹ ਸਮਝਦੇ ਹੋ ਵੀ 378 ਧਾਰਾ ਹਟ ਸਕਦੀ ਸੀ? ਨਹੀਂ, ਅਸੀਂ ਵਾਰ ਵਾਰ ਮਰ ਕੇ ਜਨਮ ਲੈਂਦੇ, 370 ਧਾਰਾ ਨਹੀਂ ਹਟ ਸਕਦੀ ਜੀ। ਹੁਣ ਮਹਾਨ ਯੋਧੇ ਨੇ ਹੋਣਗੇ ਬੀਜੇਪੀ ਦੇ, ਆਪਣਾ ਕੋਈ ਲੈਣਾ ਦੇਣਾ ਨਹੀਂ, ਮੈਂ ਕਾਂਗਰਸੀ ਹਾਂ, ਪਰ ਮੇਰੇ ਲਈ ਪ੍ਰਥਮ ਰਾਸ਼ਟਰ ਮੇਰਾ ਦੇਸ਼ ਹੈ। ਉਹਨਾਂ ਨੇ ਕਰਕੇ ਦਿਖਾਇਆ, ਸਰਜੀਕਲ ਓਪਰੇਸ਼ਨ ਹੋਏ, 18 ਜਵਾਨ ਉਹਨਾਂ ਨੇ ਸ਼ਹੀਦ ਕੀਤੇ, ਪਾਕਿਸਤਾਨ 'ਚ ਘੁੱਸ ਕੇ 40 ਮਾਰ ਕੇ 15 ਮਿੰਟ 'ਚ ਵਾਪਸ ਆਏ। ਉਹਨਾਂ ਨੇ ਸਾਡੇ 40 ਜਵਾਨ ਸ਼ਹੀਦ ਕੀਤੇ, ਪਾਕਿਸਤਾਨ ਦੇ ਵਿੱਚ ਘੁੱਸ ਕਰਕੇ 350 ਮਾਰ ਕੇ ਕੈਂਪ ਉਡਾ ਕੇ ਆਏ। ਅੱਜ ਪਾਕਿਸਤਾਨ ਥਰ ਥਰ ਕੰਬਦਾ, ਬਸ ਦੱਸੋ ਕੁਛ ਸ਼ਹਾਦਤਾਂ ਹੋਈਆਂ, ਮੈਂ ਮੰਨਿਆ 10-15, 8-9 ਸਾਡੇ ਜਵਾਨ ਸ਼ਹੀਦ ਹੋਏ ਨੇ, ਪਰ ਤੁਸੀਂ ਦੇਖੋ ਉਸ ਤੋਂ ਬਾਅਦ ਫਰਕ ਕਿੰਨਾ। ਇਹ ਵੀ ਕਦੀ ਵਕਤ ਆਇਆ, ਕਦੀ ਜ਼ਿੰਦਗੀ 'ਚ ਵਕਤ ਆਇਆ, ਹੋ ਸਕਦਾ ਫਿਰ POK ਅਸੀਂ ਲਵਾਂਗੇ, ਹੋ ਸਕਦਾ ਅਸੀਂ ਨਨਕਾਣਾ ਸਾਹਿਬ ਨੂੰ ਵੀ ਲੈ ਲਈਏ, ਹੋ ਸਕਦਾ ਕਿਤੇ ਵਕਤ ਆਵੇ ਕਰਤਾਰਪੁਰ ਸਾਹਿਬ ਨੂੰ ਵੀ ਲੈ ਲਈਏ। ਕਦੀ ਵਕਤ ਆਇਆ ਤਾਂ ਪਹਿਲੀ ਗੱਲ ਅਸੀਂ ਚਾਹੁੰਦੇ ਨਹੀਂ ਕਿ ਇਹੋ ਜਿਹਾ ਵਕਤ ਖੂਨ ਦੀ ਹਨੇਰੀ ਦਾ ਆਵੇ, ਅਸੀਂ ਮੇਲ ਜੋੜ ਨਾ ਚੱਲੀਏ। ਪਾਕਿਸਤਾਨ ਦੇ ਅਸੀਂ ਖਿਲਾਫ ਨਹੀਂ, ਪਾਕਿਸਤਾਨ ਦੇ ਆਵਾਮ ਦੇ ਖਿਲਾਫ ਨਹੀਂ, ਪਾਕਿਸਤਾਨ ਦੀਆਂ ਸਾਡੀਆਂ ਭੈਣਾਂ, ਸਾਡੇ ਭਰਾ ਜਿਨ੍ਹਾਂ ਦਾ ਗੰਦੀ ਰਾਜਨੀਤੀ ਨਾਲ ਕੋਈ ਤਲਕ ਨਹੀਂ, ਉਹ ਸਾਡੇ ਭਰਾ ਨੇ, ਸਾਡਾ ਉਹਨਾਂ ਨੇ ਕੋਈ ਲੜਾਈ ਨਹੀਂ। ਪਰ ਅਗਰ ਪਾਕਿਸਤਾਨ ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਤਾਂ ਨਰਿੰਦਰ ਮੋਦੀ ਹੈ, ਪਹਿਲੇ ਦਾ ਭਾਰਤ ਨਹੀਂ ਅੱਜ ਦਾ ਭਾਰਤ, ਉਹ ਕੁਛ ਕਰਕੇ ਦਿਖਾਏਗਾ। ਭਾਰਤ ਸਰਕਾਰ ਵੱਲ ਦੱਸਦਾ ਤਾਂ ਸੂਬਾ ਸਰਕਾਰ, ਹਾਂਜੀ ਸੂਬਾ ਸਰਕਾਰ, ਸੂਬਾ ਸਰਕਾਰ ਕੈਪਟਨ, ਇੱਕ ਸਵਾਲ, ਜਿਹੜੇ ਬੱਚੇ ਸਾਡੇ ਨੇ, ਸਾਡੇ ਬੱਚੇ, ਉਹ ਜਿਹੜਾ ਭਾਈ ਕਨਈਆ ਹੋਰ ਜਿਨ੍ਹਾਂ ਨੇ ਕਿਹਾ ਸੀ ਭਾਰਤ ਮਾਂ ਤੇਰੇ ਟੁਕੜੇ ਟੁਕੜੇ ਕਰਨਗੇ, ਹੈ ਨਾ, ਉਹ ਹੁਣ ਵਕਤ ਪੁਰਾਣੀ ਗੱਲ ਹੋ ਗਈ। ਪਰ ਮੈਂ ਸਮਝਦਾ ਇਹੋ ਜਿਹੀਆਂ ਘਟਨਾਵਾਂ ਸਟੂਡੈਂਟ ਦੇ ਅੰਦਰ ਸਾਡੀਆਂ ਨਹੀਂ ਹੋਣੀਆਂ ਚਾਹੀਦੀਆਂ, ਗਰੁੱਪ 2 ਹੋਣ ਜਾਂ 3 ਹੋਣ, ਠੀਕ ਹੈ ਨਾ, ਬੱਚੇ ਨੇ ਸਾਡੇ, ਸਾਡੇ ਫਿਊਚਰ ਨੇ, ਕਿਸੇ ਪਾਰਟੀ ਨਾਲ ਜੁੜੇ ਹੁਣ ਆਪਾਂ ਕੀ ਲੈਣਾ? ਉਹਨਾਂ ਦੇ ਅੱਖਾਂ 'ਚ ਜਦੋਂ ਅਸੀਂ ਵੀ ਹੰਝੂ ਦੇਖਦੇ ਹਾਂ, ਸਾਡੇ ਵੀ ਹੰਝੂ ਆਉਂਦੇ ਨੇ। ਸਾਨੂੰ ਇਹੋ ਜਿਹੀ ਰਾਜਨੀਤੀ ਦੇ ਵਿੱਚ ਬਿਲਕੁਲ ਨਹੀਂ ਜਾਣਾ ਚਾਹੀਦਾ, ਸਾਡੇ ਫਿਊਚਰ ਨੇ, ਸਾਡੇ ਬੱਚੇ ਨੇ, ਉਹਨਾਂ ਦੇ ਅਗਰ ਬ੍ਰੇਨ ਗਲਤ ਪਾਸੇ ਜਾ ਚੁੱਕੇ ਨੇ, ਉਹਨਾਂ ਦੇ ਅਸੀਂ ਬ੍ਰੇਨ ਵਾਸ਼ ਕਰੀਏ? ਪਰ ਇਹ ਕੋਈ ਤਰੀਕਾ ਨਹੀਂ ਰਾਤ ਨੂੰ ਜਾ ਕੇ ਕੋਈ ਉਹਨਾਂ ਨੂੰ ਉੱਥੇ ਡਾਂਗਾ, ਇਹ ਕਰਮ ਚੰਗਾ ਨੇ, ਇਹ ਬੱਚੇ ਸਾਡੇ ਫਿਊਚਰ ਨੇ। ਜਦੋਂ ਬੱਚਿਆਂ ਨੂੰ TV 'ਚ ਦੇਖਦੇ ਹਾਂ, ਤੁਹਾਡੇ ਚੈਨਲਾਂ 'ਤੇ ਉਹਨਾਂ ਦੇ ਹੰਝੂ ਲਿਖਦੇ, ਉਹਨਾਂ ਦੇ ਖੂਨ ਵਹਿੰਦੇ ਹੋਏ, ਉਹ ਤਾਂ ਬੱਚੇ ਨੇ, ਮਾਂ ਬਾਪ ਨੇ ਪੜ੍ਹਨ ਨੂੰ ਭੇਜੇ ਨੇ, ਉਹਨਾਂ ਦੇ ਵਿਚਾਰ ਕੀ ਨੇ, ਉਹ ਅਲੱਗ ਨੇ, ਉਹਨਾਂ ਦੇ ਵਿਚਾਰਾਂ ਨੂੰ ਸਹੀ ਕਰਨ ਲਈ ਆਪਾਂ ਨਵਾਂ ਰਸਤਾ ਅਪਣਾਈਏ। ਇਹੋ ਜਿਹਾ ਅਸੀਂ ਕੋਈ ਕਦਮ ਉਠਾਵਾਂਗੇ ਤਾਂ ਬੱਚਿਆਂ ਦੇ ਵਿਚਾਰ ਗਲਤ ਪਾਸੇ ਜ਼ਰੂਰ ਜਾਣਗੇ। ਪੰਜਾਬ 'ਚ ਅੱਤਵਾਦ ਕਿਉਂ ਆਇਆ? ਪੰਜਾਬ 'ਚ ਕੋਈ ਅੱਤਵਾਦ ਪਹਿਲਾਂ ਦਾ ਸੀ? ਇਹ ਸਾਡੇ ਗੰਦੀਆਂ ਹਰਕਤਾਂ ਨਾਲ, ਸਾਡੇ ਪੋਲੀਟੀਸ਼ੀਅਨਾਂ ਦੀਆਂ ਵੋਟ ਬੈਂਕ ਦੀ ਗਲਤੀਆਂ ਨਾਲ, ਸਾਡੇ ਗਲਤ ਧਰਮ ਦੇ ਨਾਰੇ ਦੇਣ ਨਾਲ ਹੀ ਸਾਡੇ ਬੇਗੁਨਾਹ ਬੱਚੇ ਸਾਡੇ ਮਾਰੇ ਗਏ ਵਿਚਾਰੇ। ਕੋਈ ਅੱਤਵਾਦੀ ਬਣ ਗਏ, ਕੋਈ AK-47 ਫੜ ਲਈਆਂ, ਕੋਈ ਲੋਕਾਂ ਨੇ ਮਾਰ ਦਿੱਤੇ। ਸਾਨੂੰ ਰਾਜਨੀਤਿਕ ਲੋਕਾਂ ਨੂੰ ਸਟੂਡੈਂਟ ਪੋਲੀਟਿਕਸ ਤੋਂ ਦੂਰ ਰਹਿਣਾ ਚਾਹੀਦਾ। ਸਰ ਇੱਕ ਨਨਕਾਣਾ ਸਾਹਿਬ, ਉਹਦੇ 'ਤੇ ਮਤਲਬ ਤੁਹਾਨੂੰ ਲੱਗਦਾ ਵੀ ਉਸ ਨਾਲ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਪਊਗਾ, ਕੋਈ ਹੱਲ ਹੋਊਗਾ? ਕਿਉਂਕਿ ਜਿਹੜੇ ਧਰਮ ਪਰਿਵਰਤਨ ਦਾ ਜਿਹੜਾ ਚੱਲ ਰਿਹਾ ਇਹ ਲਗਾਤਾਰ ਹੁੰਦਾ ਜਾ ਰਿਹਾ। ਇੰਡੀਆ ਤੋਂ ਵੀ ਗਏ ਆ, ਉੱਧਰ ਧਰਮ ਪਰਿਵਰਤਨ ਕਰਵਾਇਆ ਉਹਨਾਂ ਨੇ, ਉੱਧਰ ਵੀ ਹੋਇਆ, ਕਿ ਕਿਸੇ ਤਰ੍ਹਾਂ ਦਾ ਕੋਈ ਹੱਲ ਨਿਕਲ ਗਿਆ? ਕਰਤਾਰਪੁਰ ਸਾਹਿਬ ਅਸੀਂ ਗਏ, ਠੀਕ ਹੈ, ਕੀ ਦੇਖਿਆ ਤੁਸੀਂ? ਜਿਹੜਾ ਆਮ ਸ਼ਰਧਾਲੂ ਤੁਹਾਡੇ ਵਰਗਾ ਜਾ ਰਿਹਾ, ਇਹਨਾਂ ਵਰਗੇ ਆਮ ਜਿਨ੍ਹਾਂ ਦਾ ਪੋਲੀਟਿਕਸ ਨਾਲ ਸੰਬੰਧ ਨਹੀਂ, ਇਹੀ ਅਸਲੀ ਸ਼ਰਧਾਲੂ ਹੈ, ਤੁਸੀਂ ਅਸਲੀ ਸ਼ਰਧਾਲੂ। ਅਸੀਂ ਪੋਲੀਟੀਸ਼ਨ, ਅਸੀਂ ਠੇਕੇਦਾਰ। ਇੱਕ ਗੱਲ ਯਾਦ ਰੱਖੋ, ਜਿੱਥੇ ਕੈਮਰਾ ਆ ਗਿਆ ਉੱਥੇ ਹੀ ਐਂ ਤਿਆਰ ਹੋ ਜਾਂਦੇ ਸਾਡੀ, ਸਾਨੂੰ ਕੋਈ ਗੁਰੂ ਨਾਨਕ ਦੇਵ ਜੀ ਯਾਦ ਨਹੀਂ ਆਉਂਦੇ। ਮੈਂ ਇਹਨਾਂ ਨੂੰ ਤਾਂ ਕੁਛ ਨਹੀਂ ਕਹਿਣਾ, ਮੈਂ ਕਹਿਣਾ ਚਾਹੁੰਦਾ ਆਹ ਜਿਹੜੇ ਸਭ ਤੋਂ ਵੱਡੇ ਧਰਮ ਦੇ ਠੇਕੇਦਾਰ, ਜਿਹੜੇ ਪਾਕਿਸਤਾਨ 'ਚ ISI ਦੇ ਏਜੰਟ, ਪੰਜਾਬ 'ਚ ਬੇਗੁਨਾਹਾਂ ਦਾ ਕਤਲੇਆਮ ਕਰਕੇ ਜਿਹੜੇ ਉੱਥੇ ਬੈਠੇ ਨੇ, ਮੈਂ ਉਹਨਾਂ ਨੂੰ ਸਵਾਲ ਕਰਨਾ ਚਾਹੁੰਦਾ
ਮੈਂ ਐਸ ਪੀ ਜੀ ਦਾ ਸਵਾਲ ਉਠਾਉਣਾ, ਮੈਂ ਉਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਵੀ ਤੁਸੀਂ ਸਾਡੇ ਇੱਥੇ ਬੇਗੁਨਾਹ ਭਰਾਵਾਂ ਨੂੰ ਕਤਲ ਕਰਕੇ, ਹਿੰਦੂ ਭਰਾਵਾਂ ਨੂੰ ਕਤਲ ਕਰਕੇ ਭੱਜ ਗਏ ਜਰਮਨੀ, ਭੱਜ ਗਏ ਤੁਸੀਂ ਪਾਕਿਸਤਾਨ, ਤੁਸੀਂ ਜਾਂ ਤੇ ਪੱਗਾਂ ਲਾ ਕੇ ਪੱਗਾਂ ਦਾ ਅਪਮਾਨ ਕਿਉਂ ਕਰਦੇ ਗੁਰੂ ਮਹਾਰਾਜ ਦੀਆਂ? ਇਹ ਖੂਨ ਨਾਲ ਸੱਜੀਆਂ ਪੱਗਾਂ ਨੇ, ਤੁਹਾਡੇ ਗੁਰੂ ਦਾ ਅਪਮਾਨ ਹੋਇਆ, ਤੁਸੀਂ ਦੱਸੋ ਤੁਸੀਂ ਹੁਣ ਕੀ ਕਰੋਗੇ? ਸਾਡਾ ਉਹਨਾਂ ਨੂੰ ਪ੍ਰਸ਼ਨ ਹੈ, ਬਾਕੀ ਤਾਂ ਗੱਲਾਂ ਚੋਂ ਸਾਡਾ ਉਹਨਾਂ ਦੇ ਪ੍ਰਸ਼ਨ। ਜਦੋਂ ਨਨਕਾਣਾ ਸਾਹਿਬ ਲਾਂਘਾ ਖੋਲਿਆ ਉਦੋਂ ਬੜੇ ਪੋਸਟਰ ਲੱਗੇ, ਸਮਰਥਕਾਂ ਨੇ ਬੜਾ ਸਿੱਧੂ ਨੂੰ ਵੀ ਸਿੱਧੂ ਕਰਕੇ ਹੋ ਗਿਆ ਸਾਰਾ ਕੁਛ। ਅੱਜ ਇੰਨਾ ਤਿਨਕਾ ਵੀ ਪੋਲੀਟਿਕਸ ਹੈ ਜੋ ਮੇਰੀ ਜ਼ਿੰਦਗੀ ਦਾ ਅਨੁਭਵ ਹੈ, ਸਾਨੂੰ ਉਹਦੇ ਪਿੱਛੇ ਕਿਤੇ ਨਾ ਕਿਤੇ ਵੋਟ ਜ਼ਰੂਰ ਨਾ ਕਰੋ। ਪੰਜਾਬ 'ਚ ਇਹ ਪੁਰਾਣੇ ਨੇ ਬਜ਼ੁਰਗ ਸਾਡੇ, ਤੁਸੀਂ ਕਈ ਪੁਰਾਣੇ ਹੋ, ਮੈਨੂੰ ਇੱਕ ਗੱਲ ਦੱਸੋ, ਪੰਜਾਬ 'ਚ ਅੱਤਵਾਦ ਸੀ? ਤੁਸੀਂ ਬਚਪਨ ਆਪਣਾ ਦੇਖਿਆ ਹੋਵੇਗਾ ਪੰਜਾਬ 'ਚ ਕੋਈ ਅੱਤਵਾਦ ਸੀ? ਕਿੱਡੀਆਂ ਸੋਹਣੀਆਂ ਸੜਕਾਂ ਸੀ, ਕਿੱਡਾ ਵਧੀਆ ਹੁਸ਼ਿਆਰਪੁਰ ਸੀ, ਆਹ ਹੁਣ ਇੱਥੋਂ ਲੰਘੇ ਹਾਂ, ਐਡੀਆਂ ਸੋਹਣੀਆਂ ਬਿਲਡਿੰਗਾਂ ਉੱਤੇ ਕੂੜਾ ਕੱਟ ਕਰ ਪਿਆ, ਬਰਬਾਦ ਹੋਈ ਪਈ, ਅਸੀਂ ਕਿੱਥੇ ਚਲੇ ਗਏ? ਕੀ ਪਹਿਲਾਂ ਇੱਦਾਂ ਦਾ ਸੀ ਤੁਸੀਂ ਦੱਸੋ, ਠੀਕ ਨਹੀਂ ਸੀ? ਕਿਉਂ ਬਰਬਾਦੀ ਹੋਈ? ਵੋਟ ਬੈਂਕ, ਅਸੀਂ ਵੋਟ ਬੈਂਕ ਪੋਲੀਟਿਕਸ ਠੀਕ ਸੀ, ਸਾਰੇ ਪੋਲੀਟਿਸ਼ੀਅਨ ਨੇ, ਅਸੀਂ ਬੱਚੇ ਸੀ, ਅੱਜ ਬਰਬਾਦੀ ਹੋਈ। ਅੱਜ ਵੀ ਕੋਈ ਵੀ ਮੁੱਦਾ, ਮੈਂ ਕਹਿੰਦਾ ਚਲੋ ਜਿੰਨੇ ਵੀ ਕੀਤਾ ਕਰਤਾਰਪੁਰ ਸਾਹਿਬ ਤਾਂ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ, ਬੰਦਾ ਤਾਂ ਇੱਕ ਸਾਧਨ ਹੁੰਦਾ, ਜੇ ਨਰਿੰਦਰ ਮੋਦੀ ਚਾਹੁੰਦੇ ਤਾਂ ਕੀ ਖੁੱਲ੍ਹ ਸਕਦਾ ਸੀ? ਇੱਕ ਪਾਸੇ ਸਰਜੀਕਲ ਓਪਰੇਸ਼ਨ, ਇੱਕ ਪਾਸੇ ਪਾਕਿਸਤਾਨ ਨਾਲ ਜੰਗ ਦੀ ਤਿਆਰੀ, ਐਡੇ ਵੱਡੇ ਓਪਰੇਸ਼ਨ ਤੋਂ ਬਾਅਦ 350 ਬੰਦਾ ਜਦੋਂ ਅੱਤਵਾਦੀ ਮਾਰ ਦਿੱਤੇ, ਦੂਜੇ ਪਾਸੇ ਲਾਂਘਾ। ਨਰਿੰਦਰ ਮੋਦੀ ਨੇ ਇੱਕ ਗੱਲ ਕਹੀ ਵੀ ਸਿੱਖ ਕੌਮ ਦੇ ਗੁਰੂ ਦਾ ਅਪਮਾਨ ਨਹੀਂ ਹੋਏਗਾ, ਇਹ ਲਾਂਘਾ ਖੁੱਲ੍ਹੇ ਖੁੱਲ੍ਹੇ ਜੰਗ ਹੋਵੇ ਜਾਂ ਕੁਛ ਵੀ ਹੋਵੇ, ਲਾਂਘਾ ਇੱਥੇ ਨਵਜੋਤ ਸਿੰਘ ਸਿੱਧੂ ਨੇ ਲਾਂਘਾ ਖੁਲਵਾਇਆ, ਜੇ ਨਰਿੰਦਰ ਮੋਦੀ ਨਾ ਚਾਹੁੰਦਾ ਤਾਂ ਲਾਂਘਾ ਖੁੱਲ੍ਹਦਾ? ਮੇਰਾ ਇੱਕ ਸਵਾਲ ਹੈ। ਇਹ ਤਾਂ ਹੁਣ ਲਾਂਘੇ ਦਾ ਉੱਥੇ ਭਾਸ਼ਣ ਭੂਸ਼ਣ ਦੇ ਕੇ ਇਮਰਾਨ ਖਾਨ ਨੂੰ ਹੁਣ ਆਏਗੀ ਇਲੈਕਸ਼ਨ, ਫਿਰ ਲੋਕਾਂ ਨੂੰ, ਸਿੱਖ ਕੌਮ ਦੇ ਲੋਕਾਂ ਨੂੰ ਕਰਾਂਗੇ ਗੁਮਰਾਹ, ਉਹ ਮੈਂ ਲਾਂਘਾ ਖੋਲ੍ਹਤਿਆ, ਮੈਂ ਲਾਂਘਾ ਖੋਲ੍ਹਤਾ, ਜਿੱਦਾਂ ਜਿੱਡਾ ਭੰਡੀ ਪਾਉਂਦਾ, ਮੈਨੂੰ ਵੋਟਾਂ ਦਿਓ, ਮੈਨੂੰ ਵੋਟਾਂ ਦਿਓ। ਅਰੇ ਗੁਰੂ ਮਹਾਰਾਜ ਦੇ ਨਾਂ 'ਤੇ ਵੋਟਾਂ ਲੈ ਕੇ, ਇੱਕ ਹੋਰ ਗੱਲ ਕਰਦਾ, ਸੁਖਪਾਲ ਸਿੰਘ ਖਹਿਰਾ, ਠੀਕ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ, ਹੋਇਆ ਲੋਕਾਂ ਨੇ, ਆਮ ਲੋਕਾਂ ਨੇ, ਤੁਹਾਡੇ ਵੱਲੋਂ ਲੋਕਾਂ ਨੇ ਉਹਦੇ ਵਿੱਚ ਸੰਘਰਸ਼ ਸ਼ਾਮਿਲ ਹੋਏ, ਅਸਲੀ ਤਾਂ ਸ਼ਰਧਾਲੂ ਤੁਸੀਂ ਉਹ ਜਿਹੜੇ ਆਮ ਸ਼ਾਮਿਲ ਹੋਏ, ਜਿਹੜੇ ਲੀਡਰ ਬਣ ਗਏ, ਬਾਹਰੋਂ ਫੰਡਿੰਗ ਵੀ ਆ ਗਈ ਉਹਨਾਂ ਲੋਕਾਂ ਨੂੰ, ਅਤੇ ਫਿਰ ਸੁਖਪਾਲ ਖਹਿਰਾ ਨੇ ਉੱਥੇ ਲੜੀ ਇਲੈਕਸ਼ਨ, ਅਤੇ ਤੁਸੀਂ ਇਹਦਾ ਜਵਾਬ ਦਿਓ, ਇਹਦਾ ਕੀ ਮਤਲਬ ਹੈ? ਅਸੀਂ ਗੁਰੂ ਗ੍ਰੰਥ ਸਾਹਿਬ ਲਈ ਖੜ੍ਹੇ ਹੋਏ ਹਾਂ, ਇਸ ਲਈ ਤੁਸੀਂ ਮੈਨੂੰ ਵੋਟਾਂ ਦਿਓ। ਗੱਲਾਂ ਕਰੀਏ ਸਾਫ ਨਾਲ ਨਾਲ, ਹੁਣ ਜ਼ਿੰਦਗੀ ਦੇ ਵਕਤ ਬੜੇ ਥੋੜ੍ਹੇ ਨੇ, ਇਹਨਾਂ ਪੋਲੀਟੀਸ਼ਨਾਂ ਨੂੰ ਮੈਂ ਕੋਈ ਨੰਗੇ ਕਰੀਏ, ਇਹਨਾਂ ਦਾ ਮਤਲਬ ਕੀ ਹੈ? ਹਰ ਇੱਕ ਦੇ ਪਿੱਛੇ ਵੋਟ, ਕੁਰਸੀ, MLA, MP, CM, ਦੂਰ ਦੀ ਸੋਚ ਹੈ, ਜ਼ਿੰਦਗੀ ਦਾ ਕੱਲ੍ਹ ਦਾ ਪਤਾ ਨਹੀਂ, ਹਮ ਆਦਮੀ ਦਮ ਕੇ ਪਲ ਦੀ ਖਬਰ ਨਹੀਂ, ਪਰ ਇਹਨਾਂ ਦੀਆਂ ਜ਼ਿੰਦਗੀਆਂ 200 ਸਾਲ ਨੇ, ਇਹ ਜ਼ਿੰਦਗੀ ਦੇ ਕੜਵੇ ਸੱਚ ਨੇ, ਹੋਰ ਕੋਈ ਆਪਾਂ ਨੂੰ ਗਲਤ ਫਹਿਮੀ ਹੈ ਥੋੜ੍ਹਾ? ਮੈਨੂੰ ਨਾ ਹੁਣ ਇੰਨਾ ਜ਼ਿੰਦਗੀ ਦਾ ਵਕਤ ਹੋ ਗਿਆ, ਉਹਨੂੰ ਰੋਜ਼ ਤੁਹਾਨੂੰ ਕੀ ਸਮਝਾਵਾਂ? ਮੈਂ ਤਾਂ ਪੰਜਾਬ ਦੀ ਅਮਨ ਸ਼ਾਂਤੀ ਲਈ ਇਲੈਕਸ਼ਨ ਲੜੀ ਸੀ, ਠੀਕ ਹੈ, ਮੈਂ ਇਲੈਕਸ਼ਨ ਨਹੀਂ ਲੜੀ ਸੀ ਕਿ ਮੈਂ MLA ਅਤੇ ਮੰਤਰੀ ਬਣਾ, ਮੈਂ ਨਾ ਕਰਦੀ ਸੀ, ਮੈਂ ਕਿਹਾ ਇਲੈਕਸ਼ਨ ਲੜਾਵਾਂਗਾ, ਲੋਕਤੰਤਰ ਲਾਵਾਂਗਾ, ਇਹ ਮੈਂ ਨਰਸਿੰਮਾ ਰਾਓ ਜੀ ਨੂੰ ਕਿਹਾ ਸੀ। ਪਰ ਪੰਜਾਬ ਦੇ ਵਿੱਚ ਜਦੋਂ ਬੇਗੁਨਾਹਾਂ ਦੇ ਕਾਤਲਾਂ ਨੇ, ਹਰਿਮੰਦਰ ਸਾਹਿਬ ਦੇ ਲਾਗੇ ਮੇਰਾ ਘਰ ਸੀ, ਕਿਹਾ ਬਿੱਟਾ ਇਲੈਕਸ਼ਨ ਲੜੇਗਾ, ਬੰਬਾਂ ਨਾਲ ਉਡਾ ਦੇਵਾਂਗੇ, ਜਿਹੜਾ ਵੋਟ ਪਾਉਣ ਜਾਏਗਾ ਉਹਨਾਂ ਦੇ ਹੱਥ ਕਰੇਗਾ, ਤੁਹਾਡੀ ਐਸੀ ਦੀ ਤਾਂ ਅਸੀਂ ਲੋਕਤੰਤਰ ਲਿਆਵਾਂਗੇ, ਭੈਣਾਂ ਦੇ ਸੁਹਾਗ ਬਚਾਵਾਂਗੇ, ਬੱਚਿਆਂ ਨੂੰ ਯਤੀਮ ਹੋਣ ਤੋਂ ਬਚਾਵਾਂਗੇ, ਲੋਕਤੰਤਰ ਆਇਆ, ਅਮਨ ਸ਼ਾਂਤੀ ਮਿਲੀ, ਬੰਬ ਸਰੀਰਾਂ 'ਤੇ ਖਾਧੇ, ਅਗਲੀ ਵਾਰੀ ਫਿਰ ਟਿਕਟ ਦਿੱਤੀ, ਫਾਰਮ ਗਲਤ ਭਰ ਕੇ ਛੱਡਤਾ। ਆਹ ਮੇਰੀ ਜ਼ਿੰਦਗੀ ਦੀ ਕਹਾਣੀ, ਜਿਹਦੀ ਜ਼ਿੰਦਗੀ ਬੋਨਸ ਹੈ, ਜਿਹਦੀ ਜ਼ਿੰਦਗੀ ਬੋਨਸ ਹੈ। ਮੈਂ ਤਾਂ ਹਰਬੰਸ ਸਿੰਘ ਰਾਗੀ ਜੀ ਮੇਰੇ ਅਦਰਸ਼, ਮੈਂ ਤਾਂ ਹਮੇਸ਼ਾ ਉਹਨਾਂ ਨੂੰ ਯਾਦ, ਉਹਨਾਂ ਦੀਆਂ ਤੁੱਕਾਂ ਨੂੰ ਯਾਦ ਕਰਦਾ। ਹਮ ਆਦਮੀ ਦਮ ਦੇ ਪੜ ਦੀ ਖਬਰ ਨਹੀਂ, ਸਾਨੂੰ ਮੌਤ ਨਾਲ ਯਾਰੀਆਂ ਨੇ ਸਾਡੀਆਂ, ਜਿਹਨੂੰ ਮੌਤ ਨਾਲ ਯਾਰੀਆਂ ਉਹਨਾਂ ਨੂੰ ਕੀ ਅੱਗੇ ਪਿੱਛੇ ਕੀ? ਹੁਣ ਤੁਸੀਂ ਮਾਣ ਮੈਨੂੰ ਘੱਟ ਦਿੰਦੇ ਹੋ, ਹੁਣ ਤੁਸੀਂ ਮਾਣ ਪਿਆਰ ਮੈਨੂੰ ਜ਼ਿਆਦਾ ਦਿੰਦੇ ਹੋ, ਜੋ ਮੈਂ ਮਹਿਸੂਸ ਕਰਦਾ ਉਹ ਮਾਣ ਪਿਆਰ ਸੀ ਕੁਰਸੀ ਸਤਾ ਦਾ, ਹੁਣ ਮਾਣ ਪਿਆਰ ਹੈ ਦਿਲਾਂ ਦਾ, ਇਹਨੂੰ ਪਿਆਰ ਚਾਹੀਦਾ ਜੀ। ਕੱਲ੍ਹ ਦਾ ਜ਼ਿੰਦਗੀ ਦਾ ਪਤਾ ਨਹੀਂ ਆਪਾਂ ਕਿਉਂ ਇਹ ਕੰਮਾਂ 'ਚ ਪਈ, ਇਸ ਕਰਕੇ ਮੈਂ ਪਹਿਲਾਂ ਵੀ ਨਹੀਂ ਸੀ, ਹੁਣ ਵੀ ਨਹੀਂ, ਅਤੇ ਅੱਗੇ ਵੀ ਨਹੀਂ ਕਦੀ ਦੇਖਾਂਗਾ ਜਿੰਨੀ ਦੇਰ ਜ਼ਿੰਦਗੀ। ਓਕੇ।